ਫਗਵਾੜਾ ਪੁਲਿਸ ਦੇ ਵੱਲੋਂ ਬੀਤੀ ਦੇਰ ਰਾਤ ਘਰ ਦੇ ਵਿੱਚ ਵੜ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਤਾਂ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ SP ਫਗਵਾੜਾ ਰੁਪਿੰਦਰ ਕੌਰ ਪੱਟੀ, ਜਿਨ੍ਹਾਂ ਦੱਸਿਆ ਕਿ ਦੇਰ ਰਾਤ ਚਾ ਚੌਕੀ ਵਿਖੇ 4 ਤੋਂ 5 ਮੋਟਰਸਾਈਕਲਾਂ 'ਤੇ ਆਏ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ ਕਰ ਇਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ SHO ਸਿਟੀ ਜਤਿੰਦਰ ਕੁਮਾਰ ਅਤੇ ਬਿਸਮਨ ਸਿੰਘ ਸਾਹੀ ਇੰਚਾਰਜ CIA ਸਟਾਫ ਫਗਵਾੜਾ ਅਤੇ ਇਸ ਦੇ ਨਾਲ ਹੀ SHO ਥਾਣਾ ਸਤਨਾਮਪੁਰਾ ਗੌਰਵ ਅਤੇ ਇੰਡਸਟਰੀਅਲ ਏਰੀਆ ਚੌਂਕੀ ਇੰਚਾਰਜ ਜਸਵੀਰ ਸਿੰਘ ਦੀਆਂ ਸਾਂਝੇ ਤੌਰ 'ਤੇ ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਪੁਲਿਸ ਦੇ ਵੱਲੋਂ ਟੈਕਨੀਕਲ ਸੂਚਨਾ ਦੇ ਆਧਾਰ 'ਤੇ ਇਸ ਮਾਮਲੇ ਨੂੰ ਹੱਲ ਕਰਦਿਆਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਜਿਨ੍ਹਾਂ ਦੀ ਪਛਾਣ ਰਛਪਾਲ ਸਿੰਘ ਉਰਫ ਕਾਲਾ ਪੁੱਤਰ ਕੁਲਵੰਤ ਸਿੰਘ ਵਾਸੀ ਨਵਾਂ ਖੈਰਾ ਬੇਟ ਥਾਣਾ ਫਿਲੌਰ ਅਤੇ ਸੁਖਜਿੰਦਰ ਸਿੰਘ ਉਰਫ ਰਾਜੂ ਵਾਸੀ ਬੂਟੇ ਦੀਆਂ ਛੰਨਾ ਥਾਣਾ ਮਹਿਤਪੁਰ ਅਤੇ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਵਰੇਰਾ ਥਾਣਾ ਮਹਿਤਪੁਰ ਦੇ ਵਜੋਂ ਹੋਈ ਹੈ। SP ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਬਾਕੀ ਆਰੋਪੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯਸ਼ ਸ਼ਰਮਾ ਦੀ ਰਿਪੋਰਟ। ਹਾਂਜੀ ਮੈਡਮ, ਕੀ ਮਾਮਲਾ, ਕੀ 3 ਵਿਅਕਤੀ ਲਿਆਉਂਦੇ ਜਿਹੜੇ? ਹਾਂਜੀ, ਕੱਲ੍ਹ ਸਾਨੂੰ ਜੀ ਰਾਤ ਅਰਾਊਂਡ 10:30-11 ਦੇ ਵਿੱਚ ਇੱਕ ਇਨਫੋਰਮੇਸ਼ਨ ਆਉਂਦੀ ਹੈ ਕਿ ਚਾਚੂਕੀ ਦੇ ਏਰੀਆ ਦੇ ਵਿੱਚ ਕੁਝ ਨੌਜਵਾਨ ਜਿਹੜੇ ਅਣਪਛਾਤੇ ਹੈਗੇ ਨੇ 4-5 ਮੋਟਰਸਾਈਕਲਾਂ ਦੇ ਉੱਪਰ ਆ ਕੇ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ 'ਚ ਦਾਖਲ ਹੋ ਕੇ ਅਤੇ ਵਾਰਦਾਤ ਕੀਤੀ ਹੈ ਔਰ ਇਮੀਜੀਏਟਲੀ ਜਿਹੜੀ ਹੈ ਇਹਦੇ 'ਤੇ FIR ਰਜਿਸਟਰ ਕੀਤੀ ਗਈ। FIR ਨੰਬਰ 180/24 ਅੰਡਰ ਸੈਕਸ਼ਨ 333, 115(2), 191(3), 190 BNS ਦੇ ਵਿੱਚ ਤੁਰੰਤ ਟੀਮਾਂ ਡਿਪਿਊਟ ਕੀਤੀਆਂ ਗਈਆਂ ਕਿਉਂਕਿ ਰਾਤ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਹੈ ਔਰ ਕਾਫੀ ਨੌਜਵਾਨਾਂ ਨੇ ਆ ਕੇ ਕਰਿਆ ਅਤੇ ਇਸਦਾ ਸੰਜੀਦਗੀ ਨੂੰ ਦੇਖਦਿਆਂ ਹੋਇਆਂ ਤੁਰੰਤ ਟੀਮਾਂ SHO ਸਿਟੀ ਇੰਚਾਰਜ CIA SHO ਸਤਨਾਮਪੁਰਾ ਔਰ ਇੰਚਾਰਜ ਚੌਂਕੀ ਇੰਡਸਟਰੀ ਏਰੀਆ ਇਹਨਾਂ ਦੇ ਚਾਰਾਂ ਦੀ ਟੀਮਾਂ ਨੂੰ ਇਮੀਡੀਏਟਲੀ ਡਿਪਿਊਟ ਕੀਤਾ ਗਿਆ ਔਰ ਜਿਹੜੀ ਬੜੀ ਮੁਸਤੈਦੀ ਦੇ ਨਾਲ ਟੈਕਨੀਕਲ ਇਨਫੋਰਮੇਸ਼ਨ ਅਤੇ ਹਿਊਮਨ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਗੈਦਰ ਕਰਦੇ ਹੋਏ ਸਾਨੂੰ ਸਫਲਤਾ ਹਾਸਲ ਮਿਲੀ ਹੈ ਕਿ 3 ਨੌਜਵਾਨ ਅਸੀਂ ਅਰੈਸਟ ਕਰ ਲਏ ਨੇ, ਬਾਕੀ ਵੀ ਆਈਡੈਂਟੀਫਾਈ ਹੋ ਚੁੱਕੇ ਨੇ। ਜਿਹੜੇ ਅਰੈਸਟ ਹੋਏ ਨੇ ਨੌਜਵਾਨ, ਰਛਪਾਲ ਐਲੀਅਸ ਕਾਲੂ, ਇਹ ਰਹਿਣ ਵਾਲਾ ਜੀ ਖੇੜਾਬੇਟ PS ਫਲੌਰ, ਸੁਖਜਿੰਦਰ ਰਾਜੂ RO ਬੂਟੇ ਦੀਆਂ ਛੰਨਾ PS ਮਹਿਤਪੁਰ, ਸਨੀ RO ਪਿੰਡ ਵੇਰਾ PS ਮਹਿਤਪੁਰ। ਇਸ ਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਦੱਸੀ ਜਾਂਦੀ ਹੈ ਜੀ, ਉਹ ਇਹ ਹੈ ਕਿ ਜਿਹੜਾ ਰਛਪਾਲ ਹੈ, ਰਛਪਾਲ ਕੰਪਲੇਨੈਂਟ ਦੀ ਲੜਕੀ ਦਾ ਪਿੱਛਾ ਕਰਦਾ ਸੀ ਔਰ ਕੰਪਲੇਨੈਂਟ ਉਸਨੂੰ ਕਾਫੀ ਵਾਰੀ ਉਹਨੇ ਰੋਕਿਆ ਟੋਕਿਆ ਔਰ ਉਹਨੂੰ ਵਰਜਿਆ, ਜਿਸ ਦੇ ਨਾਰਾਜ਼ਗੀ ਦੇ ਵਿੱਚ ਇਸਨੇ ਇੱਕ ਪਲੈਨ ਬਣਾਇਆ ਔਰ ਪਲੈਨ ਦੇ ਤਹਿਤ ਇਹ ਲੜਕੀਆਂ ਨੂੰ ਲੈ ਕੇ ਆਇਆ ਔਰ ਇਹਨਾਂ ਦੇ ਘਰ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਔਰ ਇਹਨਾਂ ਨੂੰ ਸੱਟਾਂ ਲਾਈਆਂ। ਇਹ ਕਾਫੀ ਅੱਛੀ ਸਾਡੀ ਟੀਮ ਨੇ ਕੰਮ ਕਰਿਆ, ਜਿਹੜਾ ਤੁਰੰਤ ਇਹ ਅਰੈਸਟ ਕੀਤੇ ਨੇ ਅਤੇ ਜਿਹੜੇ ਬਾਕੀ ਦੇ ਜਿਹੜੇ ਨੇ ਉਹ ਆਈਡੈਂਟੀਫਾਈ ਹੋਏ ਨੇ ਉਹ ਵੀ ਅਸੀਂ ਜਲਦ ਅਰੈਸਟ ਕਰ ਲਾਂਗੇ। ਇਹ ਤਾਂ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਜੇ ਰਛਪਾਲ ਦੇ ਪਹਿਲਾਂ ਵੀ ਲੜਾਈ ਝਗੜੇ ਦੇ ਪਰਚੇ ਹੈਗੇ ਨੇ, ਸੋ ਅਸੀਂ ਇਹਨਾਂ ਦਾ ਹੁਣ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਦੌਰਾਨੇ ਰਿਮਾਂਡ ਜਿਹੜਾ ਹੈ ਇਹਨਾਂ ਤੋਂ ਹੋਰ ਵੀ ਡਿਟੇਲਸ ਲਵਾਂਗੇ ਕਿ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਵੀ ਕੀਤੀਆਂ ਨੇ ਜਾਂ ਕਿ ਇਹਨਾਂ ਦੀ ਵੇਅਰ ਅਬਾਊਟਸ ਰਹੀ ਹੈ ਜੀ।